पुत सब कोई ठीक ठाक आ। सवेरे सवेरे तुम तैयार हो के आए जे। ताई जी सब कुछ ठीक ठाक ही आ। मैं तो जोगन वीर नूं फोन करता है भी तुसीं इत्थे आ जाओ, अच्छा असीं अज दलजीत वीर वाल जाना वा। चल हाँ गल तो पुत वधिया कीती तू भी दलजीत वाल जाना वा। चल वो भी कीता मन ही जावे। मन जाना वा, कोई गल नहीं, असीं उहनूं नाल लिया के आउणा वा। प्यार ना समझाए उहनूं, वेख ला 1.5 साल हो गया गए नूं, कितें पता नहीं लिया भी मेरे माँ प्यो दा की हाल होगा मगरों। कोई गल नहीं, उन्हें गलबात करके ना सारी तो फिर ही उन्होंने नाल लियावे। मैं तो ताया जी होने भी उदन कहा है कि साढ़े नाल चलो, तो पर वो मने ही नहीं। पुत गल जान दी नहीं गी, हुण वेख इत्थे फसल वढ़ाउण आउंदा वा, हाँ जी दाने आड़ती को सुटदा वा, हाँ जी अक्सर लैन देन हैगा ही उहदे नाल, जे 10 मिंट आउंदा जांदा घरों हो जाए तो फिर हुण इहनां नूं वी गुस्सा वा, प्यो नहीं घरों हो के जांदा हाँ ते जी हाँ मैं जी। किद्दां उत्थे सहुरे घर चल जाऊं उहदी। वो तां ही मैं वीर नाल खड़न लगा वा ना, आपे गल कर लैणगे उहनां ਤੁਸੀਂ ਇੱਕ ਕੰਮ ਕਰਿਓ ਤਾਈ ਜੀ। ਹਾਂਜੀ ਵੀਰ ਜੀ, ਮੈਨੂੰ ਦੱਸਣ ਡੇ ਸੀਗੇ, ਕਹਿੰਦੇ ਵੀ ਤਾਇਆ ਜੀ ਨੇ ਫੋਨ ਫਾਨ ਵੀ ਨਹੀਂਗਾ ਕੀਤਾ, ਅਤੇ ਜੇ ਚੱਲ ਅਸੀਂ ਉੱਥੋਂ ਫੋਨ ਕਰਾਵਾਂਗੇ ਹਾਂ ਅਤੇ ਗੱਲ ਮਾੜੀ ਮੋਟੀ ਕਰ ਛੱਡਿਓ ਤੁਸੀਂ, ਹੈ ਨਾ। ਚਲੋ ਕੋਈ ਨਹੀਂ ਫਿਰ ਤਾਂ ਮੈਂ ਗੱਲ ਕਰੂੰਗੀ ਹੁਣ। ਦੇਖੋ ਉਹਨਾਂ ਇੰਨੇ ਨੂੰ ਚਿਰ ਦਾ ਰਿਸ਼ਤਾ ਇੱਦਾਂ ਖਰਾਬ ਹੋਇਆ ਵਾ ਅਤੇ ਕਿਸੇ ਗੱਲ ਨਾਲ ਇਕੱਠਾ ਹੋਣਾ ਵਾ। ਸਾਨੂੰ ਤਾਂ ਪਤਾ ਹੀ ਨਹੀਂ ਸੀ ਪਹਿਲਾਂ, ਪਤਾ ਹੁੰਦਾ ਤਾਂ ਮੈਂ ਉਦੋਂ ਉਹਨੂੰ ਫੋਨ ਕਰਦਾ ਬਾਹਰੋਂ ਹੀ। ਪੁੱਤ ਹੈ ਤਾਂ ਚੰਗਾ ਭਲਾ ਸੀ, ਬਸ ਵਿਆਹ ਹੀ ਹੋਣ ਦੀ ਦੇਰ ਹੋਈ ਆ, ਪਤਾ ਨਹੀਂ ਵੀ ਵਹੁਟੀ ਨੇ ਉਹਨੂੰ ਕੀ ਕਿਹਾ ਵਾ, ਫਿਰ ਤਾਂ ਜਿੱਦਾਂ ਹੀ ਉਹ ਕਹਿੰਦੀ ਗਈ ਆ ਨਾ ਉੱਦਾਂ ਹੀ ਮੰਨੀ ਗਿਆ ਵਾ। ਚਲੋ ਕੋਈ ਗੱਲ, ਕੋਈ ਬਹਾਨਾ ਹੀ ਬਣਨਾ ਹੁੰਦਾ ਵਾ, ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ, ਨਹੀਂ ਤਾਂ ਸਾਰੇ ਪਹਿਲਾਂ ਉਹ ਇੱਕੋ ਜਿਹੇ ਹੁੰਦੇ ਜਿਹੜੇ ਇਕੱਠੇ ਰਹਿੰਦੇ ਆ। ਆਹੋ ਘਰ 'ਚ ਗੱਲ ਹੋ ਹੀ ਜਾਂਦੀ ਮਾੜੀ ਮੁੜ ਕੇ ਮੋਟੀ, ਮਨ ਮਿਟਾਓ ਪੈ ਜਾਂਦੇ ਇੱਦਾਂ ਦੇ, ਇਹ ਕੋਈ ਬਹਾਨਾ ਹੀ ਬਣਨਾ ਹੁੰਦਾ ਵਾ। ਹੈ ਤਾਂ ਪੁੱਤ ਤੇਰੀ ਗੱਲ ਵੀ ਠੀਕ ਆ, ਹੋ ਸਕਦਾ ਸਾਡੇ ਕਰਮਾਂ ਦਾ ਹੀ ਕੋਈ ਹਿਸਾਬ ਕਿਤਾਬ ਹੋਵੇ ਜਿਹੜਾ ਸਾਡੇ ਨਾਲ ਇੱਦਾਂ ਹੋਣਾ, ਅਸੀਂ ਆਹ ਦਿਨ ਵੇਖਣੇ ਸੀ ਅਸੀਂ। ਨਹੀਂ ਨਹੀਂ ਕੋਈ ਨਹੀਂ, ਆਪਾਂ ਅੱਜ ਜਾਂਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਆਹੋ ਪੁੱਛ ਲੈਂਦੇ ਉਹਨਾਂ ਨੂੰ ਕੀ ਜਾਂਦੇ ਆ ਉਹ। ਚੱਲ ਵੇਖ ਲਓ ਪੁੱਤ ਪੁੱਛ ਕੇ, ਬੰਦਾ ਗੁੱਸੇ ਦੇ ਵਿੱਚ ਗੱਲਾਂ ਬਾਤਾਂ ਤਾਂ ਕਰ ਲੈਂਦਾ ਵਾ, ਪਤਾ ਤਾਂ ਬਾਅਦ ਵਿੱਚ ਲੱਗਦਾ ਵਾ ਜਦੋਂ ਜੀ ਘਰੋਂ ਚਲ ਜਾਂਦੇ ਆ। ਹੁਣ ਦੋਵੇਂ ਜਾਣੇ ਜਦੋਂ ਦੇ ਗਏ ਆ ਨਾ, ਆਹ ਘਰ ਜਿਹੜਾ ਨਾ ਵੱਢ ਖਾਣ ਨੂੰ ਪੈਂਦਾ ਵਾ, ਸਾਰਾ ਦਿਨ ਇਸ ਘਰ ਦੇ ਵਿੱਚ ਟਾਈਮ ਪਾਸ ਹੀ ਨਹੀਂ ਹੁੰਦਾ। ਆਹੋ ਉਹ ਤਾਂ ਹੈ ਹੀ ਆ, ਦਲਜੀਤ ਵੀਰ ਕਿਹੜਾ ਘਰ ਖਲੋਂਦਾ ਹੁੰਦਾ ਹੈ, ਕਦੀ ਉੱਧਰ ਚਲ ਜਾਣਾ ਕਦੀ ਇੱਧਰ ਆ ਜਾਣਾ। ਤਾਂ ਚਲੋ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਅੱਜ ਅਸੀਂ ਸਾਰੇ ਹੱਲ ਕਰਕੇ ਆਵਾਂਗੇ। ਮੈਂ ਚਾਹ ਬਣਾਵਾਂ ਪਹਿਲਾਂ ਤੁਹਾਡੇ ਵਾਸਤੇ? ਨਹੀਂ ਨਹੀਂ ਤੁਸੀਂ ਚਾਹ ਨਾ ਬਣਾਇਓ, ਪੀਓ ਘੁੱਟ ਘੁੱਟ। ਹਾਂ ਪਹਿਲਾਂ ਹੋ ਗਿਆ, ਪਹਿਲਾਂ ਉੱਧਰ ਫਿਰ ਲੇਟ ਹੋ ਜਾਣਾ ਕੰਮ। ਚਲੋ ਹੋ ਆਓ ਪੁੱਤ, ਹਾਂਜੀ ਹੋ ਗਿਆ ਉੱਧਰੋਂ, ਅਤੇ ਜੇ ਫੋਨ ਕਰਨ ਦੀ ਲੋੜ ਪਊ ਤਾਂ ਤੁਸੀਂ ਚੁੱਕ ਲਿਓ। ਹੈ ਚਲੋ ਠੀਕ ਆ। ਹਾਂ ਚਲ ਵਿਚਾਰੇ ਨਾ ਇੰਨਾ ਜ਼ੋਰ ਲਾਉਣ ਡਏ ਆ, ਸਵਸਥੇ ਹੀ ਤਿਆਰ ਹੋ ਕੇ ਆ ਗਏ ਆ, ਹੁਣ ਦਲਜੀਤ ਦੇ ਵੀ ਮਨ ਮੇਰ ਪੈ ਜੇ ਨਾ, ਉਹ ਵੀ ਮੰਨ ਜੇ ਇਹਨਾਂ ਦੀ ਗੱਲ, ਚੱਲ ਇਹਨਾਂ ਦੀ ਵੀ ਇੱਜ਼ਤ ਰਹਿ ਜੇ ਤਾਂ ਸਾਡੀ ਵੀ ਰਹਿ ਜੇ, ਘਰ 'ਤੇ ਹੁਣ ਨਾ ਵੱਢਣ ਖਾਣ ਨੂੰ ਪੈਣ ਡਿਆ ਵਾ। ਭਾਅ ਜੀ ਮੈਂ ਸੋਚਣ ਡਿਆ ਸੀਗਾ, ਹਾਂਜੀ, ਵੀ ਜੇ ਦਲਜੀਤ ਵੀਰ ਨਾ ਮੰਨਿਆ ਤਾਂ ਫਿਰ ਕੀ ਕਰਾਂਗੇ। ਚਲੋ ਕੋਈ ਗੱਲ ਨਹੀਂ, ਇੱਕ ਵਾਰੀ ਗੱਲ 'ਤੇ ਕਰਕੇ ਵੇਖੀਏ। ਇਹ ਤਾਂ ਹੁਣ ਇੱਦਾਂ ਦਾ ਕੰਮ ਆ, ਭਾਵੇਂ ਹੱਥ ਜੋੜ ਕੇ ਮਨਾਉਣਾ ਪਵੇ ਨਾ, ਜੇ ਸਿਰ ਚੁੱਕਿਆ ਵਾ ਨਾ ਤਾਂ ਇਹ ਕੰਮ ਜ਼ਰੂਰ ਕਰਨਾ ਵਾ। ਅਵਲ ਤਾਂ ਗੱਲ ਮੋੜਦਾ ਨਹੀਂ ਆ, ਜੇ ਤਾਂ ਕੋਈ ਗੁੱਸਾ ਹੋਊਗਾ ਤਾਂ ਕੋਈ ਗੱਲ ਨਹੀਂ ਉਹਨੂੰ ਪੁੱਛ ਲਾਂਗੇ। ਆਹੋ ਤਾਂ ਜਾਂ ਫਿਰ ਇਹਨਾਂ ਦੋਵਾਂ ਨੂੰ ਬਿਠਾਲ ਦਾਂਗੇ। ਚਲੋ ਕੋਈ ਗੱਲ ਨਹੀਂ, ਜਿਹਨੂੰ ਪੁੱਛਣਾਗੇ ਤਾਂ ਦਲਜੀਤ ਨੂੰ ਪੁੱਛ ਲਾਂਗੇ, ਉਦਾਂ ਕਰ ਲਾਂਗੇ ਫਿਰ। ਹਾਂ ਚਲੋ ਚਲ ਇਹ ਤਾਂ ਇਹੋ ਕਹਿੰਦੇ ਵੀ ਮੰਨ ਜਾਵੇ, ਹਾਂਜੀ ਕੋਈ ਗੱਲਬਾਤ ਨਾ ਹੀ ਕਰੇ। ਨਹੀਂ ਗੱਲਬਾਤ ਉਹਨੇ ਕਾਹਦੀ ਕਰਨੀ ਆ। ਆਹੋ ਹੀ ਘਰ ਭਾਅ ਜੀ ਦੱਸਦੇ ਮੇਰੇ ਖਿਆਲ 'ਚ, ਯਾਰ ਇਹੋ ਹੀ ਹੋਣਾ ਵਾ। ਹੈ ਚੱਲ ਕੋਈ ਨਹੀਂ ਪੁੱਛ ਲੈਂਦੇ ਹਾਂ, ਦੱਸ ਤਾਂ ਇਹੋ ਹੀ ਪਈ ਹੈ। ਪੁੱਛੋ ਭਲਾ ਮਾੜਾ ਜਿਹਾ। ਲਵਲੀ ਕਿਉਂ ਭਾਅ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਆ ਜਾਓ ਅੰਦਰ ਆ ਜਾਓ। ਹਾਂਜੀ ਆ ਗਏ ਭਾਅ ਜੀ। ਹੋਰ ਦਲਜੀਤ ਕਿੱਦਾਂ, ਠੀਕ ਠਾਕ? ਵਧੀਆ ਲਵਲੀ, ਕਦੋਂ ਆਇਆ ਬਾਹਰੋਂ? ਉਹ ਮੈਂ ਤਾਂ ਕੱਲ੍ਹ ਪਰਸੋਂ ਹੀ ਆਇਆ ਹਾਂ। ਅੱਛਾ, ਪਰ ਇਹ ਆ ਵੀ ਤਾਇਆ ਤਾਈ ਦੀ ਹਾਲਤ ਵੇਖ ਕੇ ਨਾ ਮੈਂ ਕੋਈ ਰਿਹਾ ਨਹੀਂ ਗਿਆ, ਮੈਂ ਤਾਂ ਤੇਰੇ ਕੋਲ ਆ ਗਿਆ ਅੱਜ ਹੀ। ਠੀਕ ਆ ਲਵਲੀ, ਤੈਨੂੰ ਕੀ ਦੱਸਾਂ, ਉਹਨਾਂ ਦੇ ਹਾਲਾਤ ਇੱਦਾਂ ਦੇ ਸੀ। ਅਤੇ ਭਾਬੀ ਕਿੱਥੇ ਆ? ਭਾਬੀ ਬਾਹਰ ਹੀ ਆ, ਅਗਮ ਨੂੰ ਕਢਾਉਣ ਡੇ ਹੋਣੇ ਆ। ਅਗਮ ਕੌਣ ਆ? ਅਗਮ ਮੁੰਡਾ ਹੋਇਆ ਮੇਰੇ ਘਰ। ਮੁੰਡਾ ਹੋਇਆ? ਹਾਂਜੀ ਹਾਂਜੀ। ਅਤੇ ਤੂੰ ਛਦਾਈਆ ਦੱਸਿਆ ਹੀ ਨਹੀਂ ਕਿਸੇ ਨੂੰ, ਪਤਾ ਹੀ ਨਹੀਂ ਕਿਸੇ ਗੱਲ ਦਾ। ਉਹ ਲਵਲੀ ਦੱਸਣਾ ਕੀ, ਤੈਨੂੰ ਪਤਾ ਹੈਗਾ ਵਾ ਜਿਹੜੇ ਹਾਲਾਤਾਂ 'ਚੋਂ ਮੈਂ ਆਇਆ ਨਾ ਉੱਥੋਂ, ਉਹ ਮੈਨੂੰ ਵੀ ਪਤਾ ਵਾ। ਉਹ ਪਰ ਫਿਰ ਵੀ ਵੀਰ ਜੀ ਮੇਰੀ ਗੱਲ ਸੁਣੋ, ਹੁਣ ਉਹਨਾਂ ਦਾ ਵੀ ਤਾਂ ਪੋਤਾ ਲੱਗਾ, ਅਤੇ ਕਿੱਡੀ ਵੱਡੀ ਗੱਲ ਆ, ਸਾਨੂੰ ਇੰਨਾ ਝਟਕਾ ਲੱਗਾ ਵਾ, ਅਤੇ ਉਹਨਾਂ ਦਾ ਕੀ ਹਾਲ ਬਣੂਗਾ? ਪਰ ਦੱਸਣਾ ਤਾਂ ਤੇਰਾ ਫਰਜ਼ ਹੈਗਾ ਹੀ ਨਾ ਉਹਨਾਂ ਨੂੰ। ਉਹ ਲਵਲੀ ਤੈਨੂੰ ਪਤਾ ਹੈਗਾ ਤਾਈ ਆਪਣੀ ਦਾ ਕੀ ਕਰਦੀ ਰਹੀ ਤੇਰੇ ਨਾਲ, ਉਹ ਕੋ ਸਾਡੇ ਨਾਲ ਹੋਇਆ ਵਾ। ਉਹ ਚੱਲ ਕੋਈ ਗੱਲ ਨਹੀਂ, ਉਹਨਾਂ ਦੇ ਹਾਲਾਤ 'ਤੇ ਵੇਖ ਜਾ ਕੇ ਕੀ ਬਣ ਰਿਹਾ ਉਹਨਾਂ ਨਾਲ, ਕੀ ਹੋਇਆ।
ਉਹਨਾਂ ਕੋਲ ਤਾਂ ਰੋਟੀ ਪਾਣੀ ਜੋਗੇ ਪੈਸੇ ਵੀ ਹੈ ਨਹੀਂ ਹੁਣ। ਸਾਰੇ ਪੈਸੇ ਤਾਂ ਤੂੰ ਲੈ ਆਉਂਦਾ ਇੱਥੇ। ਭਾਅ ਜੀ ਵੇਖ ਲਓ, ਇੱਕ ਵਾਰੀ ਫੋਨ ਨਹੀਂ ਕੀਤਾ ਨਾ ਮੈਨੂੰ, ਮੈਂ ਵੀ ਇਕੱਲਾ ਇਕੱਲਾ ਮੁੰਡਾ ਸੀ। ਘਰਾਂ 'ਚ ਗਲਤੀਆਂ ਹੁੰਦੀਆਂ ਰਹਿੰਦੀਆਂ ਵਾ, ਇਹ ਥੋੜ੍ਹਾ ਵਾ ਵੀ ਮੁੜ ਕੇ ਫੋਨ ਹੀ ਨਹੀਂ ਕਰੀਦਾ ਕਿਸੇ ਨੂੰ। ਚਲੋ ਵੀ ਮਾਂ ਪਿਓ ਸੀ ਮੇਰੇ, ਉਹ ਵੀ ਮੈਨੂੰ ਫੋਨ ਕਰ ਸਕਦੇ, ਇਕੱਲਾ ਇਕੱਲਾ ਹੈਗਾ ਸੀ। ਵੇਖੋ ਮੇਰੀ ਗੱਲ ਸੁਣੋ, ਇਹ ਤੇ ਹੁਣ ਜੇ ਇੱਕ ਦੂਜੇ 'ਚ ਕਸੂਰ ਕੱਢਦੇ ਰਹਾਂਗੇ ਤੇ ਫਿਰ ਤੇ ਗੱਲ ਨਿਬੜਨੀ ਕਿਤੇ ਨਹੀਂ। ਕਿਉਂ ਵੀਰ ਜੀ, ਹਨਾ, ਉਹ ਕਹਿਣਗੇ ਵੀ ਤੁਸੀਂ ਫੋਨ ਨਹੀਂ ਕੀਤਾ ਤੇ ਤੁਸੀਂ ਕਹੋਗੇ ਉਹਨਾਂ ਨੇ ਕੀਤਾ, ਹੁਣ ਗੱਲ ਕਿਤੇ ਤੇ ਨਿਬੇੜਨੀ ਪੈਣੀ ਹੈ ਨਾ। ਚਲੋ ਅਸੀਂ ਖੁਸ਼ ਹਾਂ ਤੁਹਾਡੇ ਨਿਆਣਾ ਹੋਇਆ ਵਾ, ਵਧੀਆ ਗੱਲ ਵਾ, ਤੁਸੀਂ ਘਰ 'ਚ ਵਧੀਆ 'ਚ ਰਹਿਣ ਦੇ, ਜੇ ਗੁਜ਼ਾਰਾ ਵੀ ਚੰਗਾ ਚੱਲੀ ਜਾਣ ਰਿਹਾ। ਪਰ ਇਹ ਆ ਵੀ ਹੁਣ ਉਹਨਾਂ ਦਾ ਵੀ ਤਾਂ ਸੋਚਣਾ ਨਹੀਂ ਕੁਝ। ਭਾਅ ਜੀ ਜੇ ਤਾਂ ਪਿਛਲੀਆਂ ਗੱਲਾਂ ਪੁੱਟਣੀਆਂ ਨਾ, ਫਿਰ ਤਾਂ ਕੋਈ ਹੱਲ ਹੋਣਾ ਹੀ ਨਹੀਂ ਹੈ, ਤੇ ਤੁਸੀਂ ਨਾ ਸਾਡੇ ਨਾਲ ਚੱਲੋ ਅੱਜ। ਨਹੀਂ ਲਵਲੀ, ਮੈਂ ਨਾਲ ਤਾਂ ਨਹੀਂ ਜਾਣਾ ਭਾਈ, ਤੁਹਾਨੂੰ ਨਹੀਂ ਪਤਾ ਮੰਮੀ ਨਾਲ ਕੀ ਕਰਦੇ ਰਹੇ, ਇਹਨੂੰ ਸਭ ਕੁਝ ਪਤਾ ਹੈ। ਉਹ ਚੱਲ ਜੇ ਮੈਂ ਭੁਲਾਤਾ ਵਾ ਸਭ ਕੁਝ ਤਾਂ ਤੂੰ ਵੀ ਭੁਲਾ ਦੇ। ਮੇਰੇ ਕੋਲ ਨਹੀਂ ਭੁਲਾਇਆ, ਸਭ ਕੁਝ ਦੱਸਿਆ ਵਾ, ਪਰ ਹੁਣ ਜੇ ਮੰਨ ਲਓ ਗਲਤ ਵਾ ਤੇ ਜੇ ਅਸੀਂ ਵੀ ਗਲਤ ਹੋ ਗਏ ਤੇ ਦੋਵਾਂ 'ਚ ਫਰਕ ਕੀ ਰਿਹਾ, ਕਿਸੇ ਨਾ ਕਿਸੇ ਨੂੰ ਤਾਂ ਲਿਪਣਾ ਹੀ ਪੈਣਾ ਵਾ ਨਾ। ਤੂੰ ਭਾਬੀ ਨੂੰ ਦਵਾਜ ਮਾਰ। ਸੰਦੀਪ ਮੈਂ ਕੀ ਕਿਹਾ, ਕੀ ਸੋਚਣ ਡੇ ਜੇ? ਸੋਚਣਾ ਰਮਨ ਕੀ ਆ, ਸੋਚ ਤੇ ਇਹੋ ਲੱਗੀ ਆ, ਵੇਖ ਲਾ ਜਦੋਂ ਦਾ ਮੁੰਡਾ ਸਾਡਾ ਗਿਆ ਵਾ ਉਹਨੇ ਇੱਕ ਵਾਰੀ ਨਹੀਂ ਸੋਚਿਆ ਵੀ ਮੇਰਾ ਮਾਂ ਪਿਓ ਬੁੱਢਾ ਵਾ, ਮੈਂ ਕਿੱਦਾਂ ਉਹਨਾਂ ਨੂੰ ਰਹਿੰਦੇ ਹੋਣਗੇ ਜਾਂ ਕਿੱਦਾਂ ਨਹੀਂ। ਸੋਚਣ 'ਤੇ ਮੈਂ ਰਮਨ ਇਹ ਡਿਆ ਵਾ ਵੀ ਜਦੋਂ ਦਾ ਸਾਡਾ ਮੁੰਡਾ ਗਿਆ ਵਾ ਇੱਕ ਵਾਰੀ ਨਹੀਂ ਉਹਨੇ ਕਿਹਾ ਵੀ ਮੈਂ ਫੋਨ ਕਰਕੇ ਪੁੱਛਾਂ ਵੀ ਮਾਂ ਪਿਓ ਦਾ ਕੀ ਹਾਲ ਹੈ ਅਤੇ ਕੀ ਨਹੀਂ। ਚੱਲ ਮੈਂ ਤਾਂ ਤੁਹਾਨੂੰ ਕਿਹਾ ਸੀ ਤੁਸੀਂ ਆਪ ਹੀ ਫੋਨ ਕਰ ਲੈਂਦੇ, ਤੁਸੀਂ ਵੀ ਆਉਂਦੇ ਤੇ ਵੀ ਮੈਂ ਨਹੀਂ ਫੋਨ ਕਰਨਾ। ਰਮਨ ਮੈਂ ਫੋਨ ਨਹੀਂ ਉਹਨੂੰ ਕਰਨਾ। ਜੇ ਤੁਸੀਂ ਵੀ ਨਹੀਂ ਕਰਨਾ ਉਹਨੇ ਵੀ ਨਹੀਂ ਕਰਨਾ, ਉਹ ਵੀ ਆਪਣੀ ਜਿੱਤ 'ਤੇ ਅੜਿਆ ਵਾ, ਤੁਸੀਂ ਵੀ ਅੜੇ ਜੇ ਕੀ ਹਾਲ ਨਿਕਲੂਗਾ। ਅਜੇ ਤਾਂ ਆਪਾਂ ਨਾ ਤੁਰੇ ਫਿਰਦੇ ਹਾਂ, ਜਿੱਦਣ ਕਿਤੇ ਮੰਜੀ 'ਤੇ ਪੈ ਗਏ ਫਿਰ ਸਾਨੂੰ ਕਿੰਨੇ ਸਾਹਮਣਾ ਵਾ। ਸਾਹਮਣਾ ਰਮਨ ਕੀ ਆ, ਹੁਣ ਇੱਥੇ ਤੱਕ ਮੰਡੀ ਤੱਕ ਤਾਂ ਆਉਂਦਾ ਹੀ ਹੈ ਨਾ ਪੈਸਾ ਧੇਲਾ ਲੈਣ, ਅਤੇ ਘਰ ਇੱਥੋਂ ਕਿੰਨੀ ਕੁ ਦੂਰ ਵਾ, ਜੇ ਪਤਾ ਲੈਣਾ ਹੋਵੇ ਤਾਂ ਖੜ ਹੀ ਸਕਦਾ ਵਾ ਇੱਥੋਂ ਆਣ ਕੇ। ਪਤਾ ਉਹਨੇ ਕਿੱਥੋਂ ਲੈਣਾ ਵਾ, ਤਾਂ ਹੀ ਤਾਂ ਤੁਹਾਨੂੰ ਮੈਂ ਕਿਹਾ ਵਾ ਵੀ ਤੁਸੀਂ ਫੋਨ ਕਰ ਦਿਓ ਉਹਨੂੰ, ਤੁਸੀਂ ਕਹਿੰਦੇ ਨਹੀਂ ਕਰਨਾ। ਰਮਨ ਮੈਂ ਮਰ ਜਾਊਂਗਾ ਪਰ ਮੈਂ ਉਹਨੂੰ ਫੋਨ ਨਹੀਂ ਕਰਨਾ, ਮੇਰੀ ਵੀ ਜਿੱਦ ਵਾ। ਨਾ ਤੁਸੀਂ ਮੈਨੂੰ ਹੀ ਫੋਨ ਕਰਨ ਦਿੰਦੇ ਜੇ, ਉੱਦਾਂ ਦਾ ਲਵਲੀ ਵਿਚਾਰਾ ਕਹਿਣ ਡਿਆ ਸੀਗਾ ਵੀ ਕੋਈ ਗੱਲ ਨਹੀਂ ਅਸੀਂ ਜਾਵਾਂਗੇ ਅਤੇ ਉਹਦੇ ਨਾਲ ਗੱਲ ਕਰਾਂਗੇ ਅਤੇ ਲੈ ਕੇ ਆਵਾਂਗੇ। ਹੁਣ ਕੀ ਪਤਾ ਅਗਲੇ ਦਾ ਵੀ ਉਹਨੇ ਮੰਨਣਾ ਕਿ ਨਹੀਂ ਮੰਨਣਾ, 1.5 ਸਾਲ ਤਾਂ ਪੂਰਾ ਹੋ ਗਿਆ ਵਾ ਗਏ ਨੂੰ, ਨਾ ਉਹਨੂੰ ਪਤਾ ਵੀ ਮੇਰੇ ਮਾਂ ਪਿਓ ਦੇ ਹਾਲਾਤ ਕੀ ਆ ਅਤੇ ਨਾ ਸਾਨੂੰ ਪਤਾ ਵੀ ਉਹ ਕਿੱਥੇ ਰਹਿਣ ਡਏ ਆ ਅਤੇ ਕਿੱਦਾਂ ਵਾ ਦੋਵੇਂ ਜਾਣੇ। ਰਮਨ ਜੇ ਉਹਨੂੰ ਤੰਗੀ ਹੁੰਦੀ ਨਾ ਤਾਂ ਉਹਨੇ ਆ ਜਾਣਾ ਸੀ, ਪੈਸਾ ਧੇਲਾ ਇੱਥੋਂ ਲਈ ਜਾਣ ਡਿਆ ਵਾ ਫਸਲ ਦਾ, ਵਧੀਆ ਰਹਿਣ ਡਿਆ ਵਾ, ਤਾਂ ਹੀ ਤਾਂ ਸਾਡਾ ਉਹਨੂੰ ਚੇਤਾ ਨਹੀਂ ਹੁੰਦਾ। ਤੰਗੀ ਤਾਂ ਸਾਨੂੰ ਆ, ਉਹਨੂੰ ਕਾਹਦੀ ਤੰਗੀ ਆ, ਹੁਣ 4-5 ਲੱਖ ਦਾ ਝੋਨਾ ਹੋ ਗਿਆ, ਉਹ ਵੀ ਪੈਸੇ ਲੈ ਗਿਆ ਵਾ, ਹੁਣ ਸਾਨੂੰ ਹੀ ਫੋਨ ਕਰਨਾ ਪੈਣਾ ਵਾ ਬੁੱਢੇ ਬਾਰੇ ਕਿਹਦੇ ਗਾੜੀ ਹੱਥ ਡਾਵਾਂਗੇ ਵੀ ਖਰਚਾ ਦਿਓ। ਲਵਲੀ ਕੋਲ ਰੋਜ਼ ਰੋਜ਼ ਪੈਸੇ ਮੰਗਦੇ ਚੰਗੇ ਲੱਗਦੇ ਆ, ਕਿਹੜੀ ਉਹਦੇ ਨਾਲ ਨੇਕੀ ਕੀਤੀ ਅਸੀਂ ਕੋਈ ਵੀ ਅੱਜ ਉਹਦੇ ਕੋਲ ਪੈਸੇ ਲਈਏ। ਮੈਂ ਨਾ ਉਹਨੂੰ ਫੋਨ ਕਰਨਾ ਵਾ ਨਾ ਮੈਂ ਪੈਸੇ ਤੇ ਲੈ ਲਊ ਕਹਿਣਾ ਵਾ, ਜਦੋਂ ਵੇਖਿਆ ਨਾ ਵੀ ਅਸੀਂ ਹੱਡਾਂ ਪੈਰਾਂ ਤੋਂ ਰਹਿ ਗਏ ਹਾਂ ਅਤੇ ਮੈਂ ਜਿਹੜੀ ਆਪਣੇ ਹਿੱਸੇ ਦੀ ਪੈਲੀ ਆ ਉਹ ਵੇਚ ਦੇਣੀ। ਕਿੰਨੇ ਚਿਰ ਦਾ ਹੋ ਗਿਆ ਵਾ? ਇਹ 1 ਸਾਲ ਹੋਇਆ ਪਰਸੋਂ ਜੀ। ਅੱਛਾ ਅੱਛਾ, ਤੇ ਤੁਸੀਂ ਦੱਸਿਆ ਨਹੀਂ ਯਾਰ, ਅਸੀਂ ਵੀ ਆ ਜਾਂਦੇ ਨਹੀਂ, ਆਪਣੀ ਗੱਲ ਵੀ ਨਹੀਂ ਹੁੰਦੀ ਰਹੀ, ਤੈਨੂੰ ਪਤਾ ਹੈਗਾ ਵਾ। ਹਾਂ ਮੈਂ ਦੱਸਦਾ ਕਿੱਦਾਂ ਫਿਰ। ਉਹ ਚੱਲ ਜੇ ਉਹਨਾਂ ਨੇ ਨਹੀਂ ਕੀਤਾ ਤਾਂ ਤੂੰ ਆਪ ਕਰ ਲੈਣਾ ਸੀ। ਉਹ ਮੇਰਾ ਦਿਲ ਨਹੀਂ ਕੀਤਾ ਕਦੀ ਫੋਨ ਕਰਨ। ਭਾਬੀ ਤੁਸੀਂ ਕੁਛ ਸਮਝਾਓ। ਭਾਜੀ ਮੈਂ ਤਾਂ ਇਹਨਾਂ ਨੂੰ ਸਮਝਾਇਆ ਸੀ, ਭੂਆ ਜੀ ਦਾ ਵੀ ਫੋਨ ਆਇਆ ਸੀ, ਉਹ ਵੀ ਕਹਿਣ ਡੇ ਸੀ ਇੱਕ ਨਾ ਇੱਕ ਦਿਨ ਘਰ ਹੀ ਆਉਣਾ ਤੁਸੀਂ, ਇਹ ਤਾਂ ਕੁਛ ਨਹੀਂ ਕਹਿੰਦੇ, ਉਹਨਾਂ ਨੇ ਸਾਨੂੰ ਕੀ ਕਹਿਣਾ ਕਿ ਤੁਸੀਂ ਚੱਲ ਜਾਓ, ਇਹ ਤਾਂ ਉਹਨਾਂ ਨੂੰ ਸਮਝਾਉਣੀ ਚਾਹੀਦੀ ਹੈ ਨਾ, ਪਰ ਇਹ ਸਮਝਦੇ ਨਹੀਂ ਹੈਗੇ। 1.5 ਸਾਲ ਹੋ ਗਿਆ ਵਾ ਇਹਨਾਂ ਕਦੀ ਮੱਥੇ ਵੱਟ ਨਹੀਂ ਪਾਇਆ। ਉਹ ਚਲੋ ਇਹ ਤਾਂ ਹੁਣ ਆਪਣਾ ਇਹ ਵੀ ਪਰਿਵਾਰ ਤੇ ਉਹ ਵੀ ਪਰਿਵਾਰ, ਇਹਨਾਂ ਵਿਚਾਰਿਆਂ ਕਾਹਨੂੰ ਮੱਥੇ ਵੱਟ ਪਾਉਣਾ ਵਾ, ਪਰ ਹੁਣ ਤੁਸੀਂ ਸਮਝੋ ਥੋੜਾ ਬਹੁਤਾ, ਚਲੋ ਸਾਡੇ ਆਇਆਂ ਦਾ ਮਾਣ ਰੱਖੋ ਥੋੜਾ ਜਿਹਾ। ਤੁਸੀਂ ਇਦਾਂ ਕਰੋ ਸਾਡੇ ਨਾਲ ਚਲੋ ਯਾਰ। ਨਹੀਂ ਲਵਲੀ ਨਾਲ ਤਾਂ ਨਹੀਂ ਮੈਂ ਜਾਣਾ, ਇੱਕ ਸ਼ਰਤ 'ਤੇ ਮੈਂ ਚੱਲ ਜੂੰਗਾ ਨਾਲ ਤੁਹਾਡੇ, ਮੰਮੀ ਹੁਣੀ ਮੈਨੂੰ ਲੈਣ ਆਉਣ ਇੱਥੇ, ਮੰਮੀ ਅਤੇ ਡੈਡੀ ਆ ਜਾਣ। ਭਾਅ ਜੀ ਇੱਦਾਂ ਕਰਦੇ ਆ, ਮੈਂ ਤਾਂ ਬੜੀ ਵਾਰ ਸਮਝਾਇਆ ਵਾ। ਭਾਅ ਜੀ ਮੇਰੀ ਗੱਲ ਵੀ ਨਹੀਂ, ਮੈਂ ਇਕੱਲਾ ਇਕੱਲਾ ਹੀ ਹਾਂ, ਇਹ ਲੈਣ ਆ ਜਾਣੀ ਫਿਰ ਕੀ। ਚਲੋ ਅਸੀਂ ਫਿਰ ਕਰ ਲੈਂਦੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਉਹ ਤਾਂ ਫਿਰ ਪੁੱਛ ਕੇ ਹੀ ਜਾਣਾ ਦਲਜੀਤ ਉਹਨਾਂ ਨੂੰ, ਆਪਣੇ ਮੁੰਡੇ ਨੂੰ ਲੈਣ ਆਉਣਾ ਵਾ ਕਿ ਬਗਾਣੇ ਨੂੰ ਲੈਣ ਆਉਣਾ।
ਚਲੋ ਗਲਤੀ ਉਹਨਾਂ ਦੀ ਵੀ ਤੇ ਸਾਡੀ ਵੀ ਸੀ ਅਸੀਂ ਇਹ ਨਹੀਂ ਕਹਿੰਦੇ ਚਲੋ ਸਾਡੀ ਗਲਤੀ ਨਹੀਂ ਹੈਗੀ ਸੀ ਮਾਂ ਪਿਓ ਨੂੰ ਲੈਣ ਤੇ ਆਉਣਾ ਚਾਹੀਦਾ ਫੋਨ ਤੇ ਕਰਦੇ ਪਿੱਛੇ ਇੱਕ ਵਾਰੀ ਜੋ ਕੋ ਮੈਨੂੰ ਸਿਖਾਇਆ ਉਹ ਕੋ ਮੈਂ ਕਰਨ ਡਿਆ ਚਲੋ ਇਹ ਦੀ ਗੱਲ ਕਰਕੇ ਵੇਖ ਲਾਂਗੇ ਉਹਨਾਂ ਨਾਲ ਫਿਰ ਹੁਣ ਮੈਂ ਗੱਲ ਕਰ ਲੈਂਦੇ ਫਿਰ ਕੀ ਕਰਨਾ ਉਹ ਤੀਨੇ ਤਾਂ ਅੱਜ ਕਦੋਂ ਤੱਕ ਆਏ ਮੈਨੂੰ ਹੋ ਗਏ 2 ਦਿਨ ਆਏ ਨੇ ਅੱਛਾ ਅੱਛਾ ਜੋ ਦੀ ਵੀ ਲੈਣਾ ਹੀ ਨਾਲ ਆਉਣਾ ਸੀਗਾ ਤੇ ਅਸੀਂ ਫਿਰ ਇਕੱਲੇ ਆ ਗਏ ਮੈਂ ਕਿਹਾ ਚੱਲ ਇੱਕ ਵਾਰੀ ਆ ਮਿਲ ਕੇ ਲਾਉਂਦੇ ਆ ਤੇ ਹੰਦ ਘਰ ਦਾ ਨਹੀਂ ਪਤਾ ਸਗੋਂ ਅੱਛਾ ਲੱਭ ਲੱਭ ਕੇ ਆਏ ਪੁੱਛ ਕੇ ਹੁਣ ਜੋ ਠੀਕ ਆ ਹਾਂਜੀ ਵਧੀਆ ਠੀਕ ਆ ਘਰੇ ਨੇ ਠੀਕ ਹੈ ਠੀਕ ਹਾਂ ਤੇ ਲੈ ਆਉਂਦੇ ਨਾਲ ਹੀ ਕੋਈ ਨਹੀਂ ਲਿਆਵਾਂਗੇ ਹੁਣ ਮੈਂ ਤਾਂ ਕਹਿਣਾ ਸਗੋਂ ਉੱਥੇ ਹੀ ਮਿਲਾਂਗੇ ਸਰ ਜੀ ਨੇ ਘਰੇ ਕੋਈ ਨਹੀਂ ਆਪਾਂ ਇੱਕ ਵਾਰੀ ਗੱਲ ਕਰ ਲੈਂਦੇ ਤਾਏ ਜੀ ਹੁਣਾਂ ਨਾ ਫਿਰ ਜਿੱਦਾਂ ਵੀ ਕਹਿਣਗੇ ਜੋ ਵੀ ਤੁਹਾਡੀ ਦੋਵਾਂ ਦੀ ਵਿਚਾਰ ਰਲੂਗੀ ਤੇ ਉਦਾਂ ਹੀ ਕਰ ਲਾਂਗੇ ਭਾਈ ਜੀ ਮੇਰਾ ਵੀ ਕਰਦਾ ਜਾਣ ਨੂੰ ਪਰ ਜੀ ਕਿਹਾ ਇੱਕ ਵਾਰੀ ਉਹਨਾਂ ਨੂੰ ਜਾ ਕੇ ਨਹੀਂ ਨਹੀਂ ਕੋਈ ਨਹੀਂ ਆਪਾਂ ਉਹਨਾਂ ਨੂੰ ਵੀ ਕਵਾਂਗੇ ਚੱਲੀਏ ਫਿਰ ਅਸੀਂ ਤੁਸੀਂ ਵੀ ਸਮਝਿਓ ਥੋੜਾ ਜਿਹਾ ਚਲੋ ਕੋਈ ਨਹੀਂ ਬੈਠੋ ਚਾਹ ਲੈ ਕੇ ਉਸ ਨੂੰ ਜੋ ਚਾਹ ਲੈ ਕੇ ਚਲੋ ਛੱਡੋ ਇਹਨਾਂ ਗੱਲਾਂ ਨੂੰ ਗਾੜੀ ਦੀ ਗਾੜੀ ਵੇਖਾਂਗੇ ਅੱਜ ਲਵਲੀ ਕਹਿਣ ਤੇ ਡਿਆ ਸੀ ਵੀ ਮੈਂ ਤੇ ਜੋ ਬਣ ਜਾਵਾਂਗੇ ਚੱਲ ਪ੍ਰਾਹੁਣਾ ਵੀ ਸਿਆਣਾ ਵਾ ਕੋਈ ਸਿਆਣੀ ਗੱਲ ਕਰੂਗਾ ਕੀ ਪਤਾ ਇਹਨਾਂ ਦੀ ਸ਼ਰਮ ਮਾਰ ਜੇ ਇਹਨਾਂ ਦੇ ਮੂੰਹ ਨੂੰ ਹੀ ਆ ਜੇ ਰਮਨ ਜਿੰਨੀਆਂ ਵਧੀਕੀਆਂ ਹੀ ਲਵੀ ਹੁਣਾਂ ਨਾਲ ਕਰਦੇ ਰਹੇ ਆ ਉਹਨੇ ਵਿਚਾਰੇ ਨੇ ਸਭ ਕੁਛ ਭੁਲਾ ਕੇ ਤੇ ਫੇਰ ਵੀ ਚੱਲ ਗਿਆ ਉਹਦੇ ਕੋਲ ਨਹੀਂ ਉਹਨੇ ਨਾ ਇੱਕ ਵਾਰਾਂ ਕਿਸੇ ਗੱਲ ਦਾ ਜ਼ਿਕਰ ਨਹੀਂ ਕੀਤਾ ਵੀ ਤਾਈ ਜੀ ਉਦੋਂ ਤੁਸੀਂ ਇੱਦਾਂ ਕਹਿੰਦੇ ਰਹੇ ਜੇ ਪਰ ਮੈਨੂੰ ਬੜੀ ਸ਼ਰਮ ਆਈ ਜਦੋਂ ਉਹਨੇ ਪੈਸੇ ਫੜਾਏ ਨਾ ਉਦੋਂ ਵੀ ਨਾ ਤੁਹਾਨੂੰ ਮੈਂ ਤਾਂ ਹੀ ਇਸ਼ਾਰਾ ਮਾਰਿਆ ਵੀ ਪੈਸੇ ਨਾ ਲਿਓ ਕਿਹੜੇ ਮੂੰਹ ਨਾਲ ਹੀ ਪੈਸੇ ਫੜਨੇ ਸੀ ਪਰ ਕੀ ਕਰਦੇ ਹਾਲਾਤਾਂ ਨੇ ਲਿਆ ਕੇ ਉਹ ਮੋੜ 'ਤੇ ਖੜੇ ਕਰਤਾ ਸੀ ਸਾਨੂੰ ਵੀ ਪੈਸੇ ਲੈਣੇ ਹੀ ਪੈਣੇ ਸੀ ਜੇ ਪੈਸੇ ਉਹਦੇ ਕੋਲ ਨਹੀਂ ਹਾਂ ਲੈਂਦੇ ਤਾਂ ਰੋਟੀ ਤੋਂ ਭੁੱਖੇ ਬਹਿਣਾ ਪੈਣਾ ਸੀਗਾ ਅਤੇ ਜੇ ਹੁਣ ਕੱਲ੍ਹ ਆਇਆ ਸੀਗਾ ਤਾਂ ਕੱਲ੍ਹ ਵੀ ਬੜੇ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਕੋਈ ਵਾਧੂ ਨਹੀਂ ਉਹਨੇ ਗੱਲ ਕੀਤੀ ਵੀ ਕੋਈ ਗੱਲ ਨਹੀਂ ਤਾਈ ਜੀ ਮੈਂ ਜਾਣਾ ਵਾਂ ਮੈਂ ਸਾਰੀ ਗੱਲ ਦਲਜੀਤ ਨਾਲ ਕਰੂੰਗਾ ਉਹ ਤਾਂ ਵੇਖ ਲਓ ਫਿਰ ਵੀ ਬਗਾਨਾ ਸੀ ਅਤੇ ਉਹਦੇ ਨਾਲ ਇੰਨਾ ਕੁਝ ਅਸੀਂ ਕੀਤਾ ਇਹ ਤਾਂ ਢਿੱਡੋਂ ਜੰਮਿਆ ਸੀਗਾ ਇਹਨੂੰ ਮਾਸਾ ਤਰਸਣਾ ਆਇਆ ਮਾਂ ਪਿਓ 'ਤੇ ਵੀ ਮੇਰੇ ਮਾਂ ਪਿਓ ਨੇ ਕਿੱਦਾਂ ਮੈਨੂੰ ਜੰਮ ਪਾਲ ਕੇ ਪੜ੍ਹਾ ਕੇ ਵਿਆਹ ਕੇ ਏਡਾ ਕੀਤਾ ਵਾ ਅਤੇ ਮੈਂ ਮਾਂ ਪਿਓ ਬਾਰੇ ਤਾਂ ਕੁਛ ਸੋਚਾਂ ਪਰ ਨਾ ਇਸ ਮੁੰਡੇ ਨੂੰ ਤਾਂ ਨਾ ਮਾਂ ਪਿਓ ਦਾ ਚੇਤਾ ਹੀ ਭੁੱਲ ਗਿਆ ਪਤਾ ਨਹੀਂ ਵੀ ਉਹਨੇ ਕੀ ਇਹਨੂੰ ਸੰਘਾਤਾ ਜਿੱਦਾਂ ਉਹ ਕਹਿੰਦੀ ਸੀ ਉੱਦਾਂ ਹੀ ਕਰੀ ਜਾਂਦਾ ਸੀ ਰਮਨ ਜਦੋਂ ਸੰਦੀਪ ਵਿਆਹੀ ਆਈ ਸੀ ਨਾ ਉਹਨੇ ਆਉਂਦੀ ਨਾ ਸ਼ੋਰਾ ਪਾ ਲਿਆ ਸੀ ਇਹਦੇ 'ਤੇ ਉਹਨੇ ਵੇਖਿਆ ਭਲਾ ਇਹ ਕੀ ਕਰਦਾ ਜੇ ਉਹਨੇ ਸਮੋਸੇ ਮੰਗਾਉਣੇ ਆ ਤਾਂ ਇਹਨੇ ਮੈਂਟਰੀ ਲਾਉਣਾ ਅਤੇ ਭੱਜਣਾ ਸਾਨੂੰ ਪੁੱਛਦਾ ਹੀ ਨਹੀਂ ਰਿਹਾ ਵੀ ਜਾਂ ਕਿੱਦਾਂ ਕਰਨੀ ਹੈ ਅਤੇ ਕਿੱਦਾਂ ਨਹੀਂ ਉਹਨੇ ਮਗਰ ਲਾ ਲਿਆ ਇਹਨੂੰ ਗੱਲ ਤਾਂ ਇਹ ਆ ਵੀ ਵਿਆਹ ਤਾਂ ਸਾਰਿਆਂ ਦੇ ਹੁੰਦੇ ਆ ਹੁਣ ਲਾਗੇ ਛਾਗੇ ਗਵਾਂਢ ਸਾਰੇ ਮੁੰਡੇ ਵਿਆਹੇ ਆ ਮਾਂ ਪਿਓ ਨੂੰ ਮਾਂ ਪਿਓ ਦੀ ਜਗ੍ਹਾ ਦਿਓ ਅਤੇ ਘਰ ਵਾਲੀ ਨੂੰ ਘਰ ਵਾਲੀ ਦੀ ਜਗ੍ਹਾ ਦਿਓ ਇਹ ਥੋੜ੍ਹਾ ਵਾ ਵੀ ਜੇ ਵਿਆਹ ਹੋ ਗਿਆ ਵਾ ਅਤੇ ਮਾਂ ਪਿਓ ਸ਼ੁਦਾਈ ਬਣ ਜਾਂਦੇ ਆ ਪਰ ਅਸੀਂ ਨਾ ਸ਼ੁਦਾਈ ਬਣ ਗਏ ਇੰਨੀਆਂ ਅਕਲਾਂ ਵਾਲੇ ਹਾਂ ਸਭ ਕੁਝ ਬਣਾ ਕੇ ਵੀ ਦਿੱਤਾ ਆ ਘਰ ਕੁੱਲਾ ਇਹਦੇ ਵਾਸਤੇ ਬਣਾਇਆ ਸੀ ਜਿੱਦਣ ਉਹ ਗਏ ਆ ਇੱਥੇ ਦੋਵੇਂ ਜੀ ਬੈਠੇ ਸੋਫੇ 'ਤੇ ਕਿੱਦਾਂ ਬੋਲਦੇ ਮੁੰਡੇ ਨੂੰ ਮੈਂ ਕਿਹਾ ਇਹਨੂੰ ਚੁੱਪ ਕਰਾ ਕਹਿੰਦਾ ਮੈਂ ਨਹੀਂ ਇਹਨੂੰ ਚੁੱਪ ਕਰਾ ਸਕਦਾ ਚਲੋ ਕੋਈ ਗੱਲ ਨਹੀਂ ਕੀ ਕਰਨਾ ਫਿਰ ਗਏ ਤਾਂ ਹੈਗੇ ਆ ਆਣ ਕੇ ਕੋਈ ਨਾ ਕੋਈ ਸੁਣਾ ਤਾਂ ਦੇਣਗੇ ਨਾ ਵੀ ਕੀ ਜਵਾਬ ਦਿੰਦਾ ਵਾ ਚੱਲ ਛੱਡ ਰਮਨ ਇਹਨਾਂ ਗੱਲਾਂ ਨੂੰ ਚਲੋ ਉੱਠੋ ਜਾਓ ਬੰਬੀ ਵੱਲ ਨੂੰ ਜਾ ਕੇ ਫੇਰਾ ਤੋਰਾ ਮਾਰ ਕੇ ਆਓ ਮਨ ਹੋਰ ਹੋਰ ਹੋਊਗਾ ਇੱਥੇ ਇੱਕੋ ਗੱਲ ਸੋਚਦੇ ਰਹਿੰਦੇ ਆ ਬਣਾਉਂਦੀ ਫਿਰ ਮੈਂ ਤੁਹਾਡੇ ਆਉਂਦੇ ਨੂੰ ਚਾਹ ਸਾਰਾ ਦਿਨ ਇੱਥੇ ਲੰਮੇ ਪਏ ਸੋਚਦੇ ਰਹਿੰਦੇ ਆ ਅਤੇ ਸੋਚ ਹੈ ਵੀ ਸੱਚ ਵਾ ਪੁੱਤ ਹੀ ਕਿੱਦਾਂ ਪੜ੍ਹਾਇਆ ਇਹਨੂੰ ਔਖੇ ਹੋ ਕੇ ਸਾਰੇ ਕੰਮ ਕੀਤੇ ਹੁਣ ਸਾਡਾ ਵੇਖਣ ਦਾ ਟਾਈਮ ਆਇਆ ਸੀਗਾ ਨਾ ਅਤੇ ਚੁੱਪ ਕਰਕੇ ਸਹੁਰੇ ਚਲ ਗਿਆ ਇੱਕ ਵਾਰ ਨਹੀਂ ਸੋਚਿਆ ਵੀ ਮੇਰਾ ਮਾਂ ਪਿਓ ਆ ਸਾਡੇ ਤੋਂ ਬਿਨਾਂ ਇਹ ਕੀ ਕਰਨਗੇ ਜਾਂ ਤਾਂ ਇੱਕ ਅੱਧਾ ਹੋਰ ਹੁੰਦਾ ਸਾਨੂੰ ਵੀ ਸਹਾਰਾ ਹੁੰਦਾ ਵੀ ਇਹ ਚਲ ਗਿਆ ਵਾ ਕੋਈ ਨਹੀਂ ਦੂਜਾ ਹੈਗਾ ਵਾ ਹੁਣ ਹੈ ਤਾਂ ਇਹੋ ਕੁਝ ਹੀ ਪਰ ਕੀ ਕਰਨਾ ਜਦੋਂ ਉਹਨੂੰ ਤਰਸ ਨਹੀਂ ਆਇਆ ਟਾਈਮ ਤਾਂ ਕੱਢਣਾ ਹੀ ਪੈਣਾ ਭਾਵੇਂ ਰੋਂਦਿਆਂ ਕੱਢ ਲਓ ਅਤੇ ਭਾਵੇਂ ਹੱਸ ਕੇ ਕੱਢ ਲਓ ਬਹੁਤੀ ਵੱਡੀ ਗੱਲ ਵੀਰ ਜੀ ਪਤਾ ਕੀ ਆ ਹੋਣਾ ਉਹ ਆਪਣੇ ਬੁਢਾਪੇ 'ਚ ਹਾਂਜੀ ਅਤੇ ਜਿਹੜਾ ਵੀ ਕੋਈ ਵਹਿੰਦਾ ਵਾ ਨਾ ਉਹਨਾਂ ਤੁਹਾਨੂੰ ਵੀ ਬੁਰਿਆਂ ਕਹਿਣਾ ਵਾ ਕਿਉਂਕਿ ਤੁਹਾਡੀ ਉਮਰ ਵਾ ਉਹਨਾਂ ਨੂੰ ਸਾਂਭਣ ਦੀ ਅਤੇ ਚੱਲ ਅਸੀਂ ਤਾਂ ਇਹੋ ਕਹਿੰਦੇ ਹਾਂ ਵੀ ਕੋਈ ਨਾ ਤੁਹਾਨੂੰ ਗੱਲ ਕਰੇ ਅਤੇ ਨਾ ਕੋਈ ਉਹਨਾਂ ਨੂੰ ਕਰੇ ਇੱਦਾਂ ਜਿਹੜਾ ਸੁਣਦਾ ਵਾ ਕਿਸੇ ਨੇ ਉਹਨਾਂ ਨੂੰ ਬੁਰਾ ਕਹਿਣਾ ਕਿਸੇ ਨੇ ਤੁਹਾਨੂੰ ਵੀ ਕਹਿਣਾ ਅਤੇ ਉਹ ਕੰਮ ਨਾ ਚੰਗਾ ਜਾ ਨਹੀਂ ਲੱਗਦਾ ਭਾਅ ਜੀ ਮੈਂ ਵੀ ਸਾਂਭਣ ਨੂੰ ਤਿਆਰ ਹੀ ਹਾਂ ਮੇਰੇ ਤਾਂ ਜੀ ਨਹੀਂ ਕਰਦਾ ਸੀ ਆਉਣ ਨੂੰ ਪਰ ਲੈਣ ਤਾਂ ਆਉਣ ਮੈਨੂੰ ਇੱਕ ਵਾਰੀ ਫੋਨ 'ਤੇ ਕਰਦੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਹੈ ਕੋਈ ਨਹੀਂ ਜਾ ਕੇ ਫਿਰ ਗੱਲ ਕਰ ਲੈਂਦੇ ਮੈਨੂੰ ਵੀ ਪਤਾ ਮੈਂ ਇਕੱਲਾ ਹੀ ਹਾਂ ਮੈਂ ਉਹ ਸਾਂਭਣਾ ਕਿਹਨੇ ਸਾਂਭਣਾ ਅਤੇ ਨਾਲੇ ਦਲਜੀਤ ਤੂੰ ਸਾਰੇ ਪੈਸੇ ਲੈ ਆਉਂਦਾ ਰਿਹਾ ਉੱਥੋਂ ਥੋੜ੍ਹੇ ਬਹੁਤੇ ਰਹਿਣ ਦਿੰਦਾ ਉਹਨਾਂ ਜੋਗੀ ਲੋੜੀ ਤੈਨੂੰ ਪਤਾ ਉਹਨਾਂ ਕੋਲ ਵਾਧੂ ਪੈਸੇ ਆ ਉਹਨਾਂ ਸਾਂਭੇ ਆ ਪੁਰਾਣੇ ਪੈਸੇ ਉਹ ਕਿੱਥੋਂ ਪੈਸੇ ਆ ਯਾਰ ਉਹਨਾਂ ਕੋਲ ਭਾਅ ਜੀ ਮੈਂ ਸਭ ਕੁਝ ਠੀਕ ਕਰਨ ਨੂੰ ਤਿਆਰ ਹਾਂ ਬਸ ਇੱਕ ਵਾਰੀ ਆ ਜਾਣ ਕੋਈ ਗੱਲ ਨਹੀਂ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ
ਜੋ ਵੀ ਤੁਹਾਡੀ ਆਪਸੀ ਸਹਿਮਤੀ ਹੁੰਦੀ ਆ ਤੇ ਉਹ ਹਿਸਾਬ ਨਾਲ ਅੱਗੇ ਕਰ ਲਿਓ, ਕਿਉਂ ਬਈ ਕੋਈ ਨਹੀਂ ਸਮਝਾ ਲਾਂਗੇ ਉਹਨਾਂ ਨੂੰ ਵੀ, ਨਹੀਂ ਨਹੀਂ ਕੋਈ ਨਹੀਂ ਆਪਾਂ ਪੁੱਛ ਲੈਂਦੇ ਆ ਜਾਣਗੇ ਉਹ ਵੀ ਆ ਜਾਣ, ਮਾਂ ਪਿਓ ਹੀ ਆ ਮੇਰੇ, ਮੈਂ ਜਾਣਾ ਹੀ ਉੱਥੇ, ਕਿੱਥੇ ਜਾਣਾ ਉਹ ਆ ਹੋਈ ਤੇ ਗੱਲ ਹੈਗੀ ਆ। ਲੜੀ ਫੜੋ ਜਾ ਸਮਝਾਇਆ ਸੀ ਕਿ ਚੱਲ ਜੀ ਆਪਾਂ ਉੱਥੇ, ਸਾਨੂੰ ਕਿਹੜਾ ਮਨਾ ਕਰਦੇ ਆ, ਡੇਢ ਸਾਲ ਹੋ ਗਿਆ ਵਾ, ਮੁੰਡਾ ਵੀ ਚਲੋ ਵੱਡਾ ਹੋ ਗਿਆ ਵਾ। ਚੱਲ ਸੰਦੀਪ, ਇਹਨਾਂ ਨੇ ਕਦੀ ਮੱਥੇ ਵੱਟ ਪਾਇਆ ਨਹੀਂ, ਉਹ ਤਾਂ ਮੈਨੂੰ ਵੀ ਪਤਾ ਵਾ। ਹਾਂਜੀ ਕੋਈ ਗੱਲ ਨਹੀਂ, ਇਹ ਗਏ ਆ ਨਾ, ਕੋਈ ਨਾ ਕੋਈ ਦੱਸਣਗੇ ਜਾ ਕੇ, ਜਾਂ ਡੈਡੀ ਜਾਂ ਮੰਮੀ ਲੈਣ ਆਉਣਗੇ ਸਾਨੂੰ। ਹਾਂਜੀ ਫਿਰ ਚੱਲ ਜਾਂਗੇ ਆਪਾਂ, ਇਹ ਤਾਂ ਗੱਲ ਹੈ ਵਾ। ਕਿੰਨਾ ਕੁ ਟਾਈਮ ਇੱਥੇ ਰਹਿਣਾ ਆਪਾਂ, ਹੈ ਨਾ, ਚੰਗੇ ਤਾਂ ਨਹੀਂ ਲੱਗੀ ਤਾਂ ਮੈਨੂੰ ਵੀ ਪਤਾ ਇਹ ਗੱਲ ਦਾ। ਚਲੋ ਉਹਨਾਂ ਕੋਲ ਵੀ ਗਲਤੀਆਂ ਹੋ ਗਈਆਂ, ਸਾਡੇ ਕੋਲ ਵੀ ਹੋ ਗਈਆਂ, ਮੰਮੀ ਵੀ ਜ਼ਿਆਦਾ ਜਿੱਦ ਕਰਨ ਲੱਗ ਪਏ, ਇੱਦਾਂ ਨਹੀਂ ਕਰਨਾ ਉੱਦਾਂ ਨਹੀਂ ਕਰਨਾ। ਉਹ ਚੱਲ ਆਪਾਂ ਨਿਆਣੇ ਹੀ ਸਾਨੂੰ ਆ ਕੇ ਸਮਝਾ ਲੈਂਦੇ, ਐਂ ਕਿਹੜਾ ਨਹੀਂ ਸਮਝਣਾ। ਚਲੋ ਕੋਈ ਗੱਲ ਨਹੀਂ, ਅਸੀਂ ਕਿਹੜਾ ਉਹਨਾਂ ਦੁਖੀ ਨਹੀਂ ਆ, ਸਾਨੂੰ ਮੁੰਡੇ ਦਾ ਤਾਂ ਚਲੋ ਦੱਸਣਾ ਚਾਹੀਦਾ ਸੀ ਨਾ ਉਹਨਾਂ ਨੂੰ, ਅਸੀਂ ਕਿਸੇ ਨੂੰ ਨਹੀਂ ਦੱਸਿਆ। ਚੱਲ ਕੋਈ ਨਹੀਂ, ਸਾਡੀ ਕੋਈ ਗਲਤੀ ਹੋਈ ਆ, ਅਸੀਂ ਮੰਨਦੇ ਹਾਂ, ਕਿਹੜਾ ਨਹੀਂ ਮੰਨਦੇ। ਮੰਮੀ ਉਹਨਾਂ ਸਾਹਮਣੇ ਮੰਨਿਆ ਮੈਂ, ਉਹਨਾਂ ਸਾਹਮਣੇ ਮੰਨਿਆ, ਆਕੜ ਕਰਦੇ ਸੀ ਉਦੋਂ, ਹੁਣ ਪਤਾ ਲੱਗਾ ਉਹਨਾਂ ਨੂੰ। ਉਦੋਂ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਹੋਣੇ ਆ, ਜਾਣਾ ਹੀ ਆ ਕਿਸੇ ਦਿਨ ਆਪਣੇ ਘਰ, ਕੋਈ ਗੱਲ ਨਹੀਂ ਚੱਲ ਜਾਂਗੇ। ਇਹ ਤਾਂ ਗੱਲ ਹੈ ਵਾ। ਚੱਲ ਯਾਰ ਫੋਨ ਆ ਗਿਆ ਹੁਣ, ਕੀ ਕਹਿੰਦੇ ਆ ਜਾ ਕੇ, ਡੈਡੀ ਲੈਣ ਆ ਜਾਣ, ਕੋਈ ਗੱਲ ਨਹੀਂ। ਹਾਂਜੀ ਹੈ ਨਾ, ਨਹੀਂ ਆਉਣਗੇ। ਚਲੋ ਚੱਲ ਠੀਕ ਆ, ਪਿਆ ਮੁੰਡੇ ਨੂੰ ਦੁੱਧ ਪਰ ਚਲੀਏ। ਹਾਂਜੀ ਚਲੋ ਠੀਕ ਆ। ਵੀਰ ਜੀ, ਮੈਂ ਸੋਚਣ ਡਿਆ ਵਾਂ ਵੀ ਆਹ ਦੁਬਿਧਾ 'ਚ ਹੀ ਪੈ ਗਏ ਹਾਂ, ਕਿੱਦਾਂ ਕਰਾਂਗੇ। ਓਏ ਉਹ ਤਾਂ ਮੈਂ ਸੋਚਣ ਡਿਆ ਵਾਂ ਵੀ ਜੇ ਤਾਇਆ ਜੀ ਨੂੰ ਜਾ ਕੇ ਕਿਹਾ, ਉਹਨਾਂ ਨੇ ਲਾਗੇ ਤਾਂ ਮੈਂ ਮਾੜੀ ਜਿਹੀ ਗੱਲ ਕੀਤੀ ਸੀ ਉੱਦਣ। ਅੱਛਾ, ਅਤੇ ਉਹ ਕਹਿਣ ਡੇ ਮੇਰੇ ਹੱਥੇ ਤਾਂ ਉੱਦਣ ਦਾ ਮਰ ਗਿਆ ਜਿੱਦਣ ਦਾ ਘਰੋਂ ਚਲ ਗਿਆ, ਅਤੇ ਉਹਨਾਂ ਉੱਥੇ ਕਿੱਥੇ ਜਾਣਾ। ਅਤੇ ਫਿਰ ਹੁਣ ਕਿੱਦਾਂ ਕਰਾਂਗੇ। ਚੱਲ ਕੋਈ ਗੱਲ ਨਹੀਂ, ਤਾਈ ਨਾਲ ਗੱਲ ਕਰਕੇ ਵੇਖ ਲੈਂਦੇ ਹਾਂ ਵੀ ਤੁਸੀਂ ਮਨਾ ਲਓ। ਜੇ ਹੁਣ ਮੰਨ ਲਓ ਤਾਇਆ ਜੀ ਨਾਲ ਗੱਲ ਕਰਦੇ ਹਾਂ ਅਤੇ ਉਹ ਨਾ ਮੰਨੇ, ਅਤੇ ਦਲਜੀਤ ਕਹਿੰਦਾ ਵੀ ਮੈਂ ਇੱਦਾਂ ਘਰ ਨਹੀਂ ਜਾਣਾ। ਉਹ ਜੀ ਉੱਦਾਂ ਦਲਜੀਤ ਦਾ ਵੀ ਕਰਨ ਡਿਆ ਵਾ ਹੁਣ, ਕਹਿਣ ਤਾਂ ਡਿਆ ਸੀ ਵਿੱਚੋਂ ਵੀ ਜੇ ਉਹ ਆ ਜਾਣਗੇ ਤਾਂ ਮੈਂ ਚਲ ਜੂੰਗਾ। ਆਹੋ ਚਲੋ, ਕੀ ਪਤਾ ਉਹਦੇ ਮਨ 'ਚ ਹੋਵੇ, ਇੱਕ ਬਹਾਨਾ ਹੀ ਚਾਹੀਦਾ ਵਾ। ਮੈਂ ਤਾਂ ਹੁਣ ਕਿੰਨੀ ਵਾਰੀ ਆਖਿਆ ਵੀ ਸਾਡੇ ਨਾਲ ਹੀ ਚੱਲੋ, ਹੁਣ ਨਹੀਂ ਮੰਨੇ ਤਾਂ ਹੁਣ ਦੱਸੋ ਕੀ ਕਰੀਏ ਫਿਰ। ਉਹਨਾਂ ਨੂੰ ਤਾਂ ਉਹਨਾਂ ਦੇ ਮੁੰਡੇ ਦਾ ਵੀ ਨਹੀਂ ਗਾ ਪਤਾ। ਆਹੋ ਸੱਚ, ਉਹ ਕਿੱਡੀ ਵੱਡੀ ਗੱਲ, ਮੈਂ ਸੋਚਣਾ ਸੀ ਵੀ ਉਹਨੂੰ ਦੱਸ ਦੇਣਾ ਚਾਹੀਦਾ ਸੀਗਾ, ਐਡਾ ਵੱਡਾ ਲੁਕਾ ਨਹੀਂ ਰੱਖਣਾ ਚਾਹੀਦਾ। ਜੇ ਹੁਣ ਅਸੀਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਦਿਲ 'ਤੇ ਕੀ ਬੀਤੂ, ਉਹਨਾਂ 'ਤੇ ਕੀ ਬੀਤੂਗੀ। ਚਲੋ ਕੋਈ ਗੱਲ ਨਹੀਂ, ਜਾ ਕੇ ਤਾਂ ਉਹਨਾਂ ਨਾਲ ਗੱਲ ਤਾਂ ਕਰਨੀ ਪੈਣੀ ਕਿ ਨਹੀਂ, ਹੁਣ ਪਹਿਲਾਂ ਤਾਂ ਮੁੰਡੇ ਵੱਲੋਂ ਦੱਸੋ ਹਾਂ, ਅਤੇ ਫਿਰ ਕਹਾਂਗੇ ਵੀ ਉੱਥੇ ਜਾਣਾ ਪੈਣਾ ਜੀ, ਇੱਦਾਂ ਨਹੀਂ ਜੇ ਮੰਨਦਾ ਉਹ। ਤਾਈ ਨਾਲ ਕਰ ਲੈਂਦੇ ਹਾਂ ਗੱਲ, ਤਾਈ ਨੇ ਨਹੀਂ ਮੰਨਦਾ।